ਕਾਲਾ ਫਲੈਗ ਮਾਰਚ ਕੱਢਿਆ ਜਾ ਰਿਹਾ ਮਾਛੜ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਮੈਡਮ ਅਸ਼ਵਨੀ ਕਟਿਆਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਸ਼ਹਿਰ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਤੋਂ ਬਿਨਾਂ ਜਿਹੜੀਆਂ ਬੂਟਾਂ ਹੈ ਬੂਟਾਂ ਨੂੰ ਮੱਦੇਨਜ਼ਰ ਰੱਖਦੇ ਜਿਹੜੇ ਸੈਂਸਟਿਵ ਪਿੰਡ ਨੇ ਸਾਡੇ ਸੈਂਸਟਿਵ ਪੋਲਿੰਗ ਬੂਥ ਨੇ ਉੱਥੇ ਫਲੈਗ ਮਾਰਚ ਕੱਢਿਆ ਜਾ ਰਿਹਾ ਮੇਰੀ ਇਲਾਕੇ ਦੇ ਜਿਹੜੇ ਸੂਜਨ ਬੂਟਾਂ ਨੂੰ ਵੀ ਅਪੀਲ ਹੈ ਪਿੰਡਾਂ ਦੇ ਵਿੱਚ ਬੂਟਾ ਵੱਧ ਚੜ੍ਹ ਕੇ ਪਾਉਣ ਅਤੇ ਸ਼ਾਂਤੀ ਦਾ ਮਾਹੌਲ ਆਪਸੀ ਭਾਈਚਾਰਕ ਜਿਹੜੀ ਸਾਂਝ ਆ ਉਹ ਕਾਇਮ ਰੱਖੇ ਇਹ ਪਿੰਡਾਂ ਦੇ ਵਿੱਚ ਕੋਈ ਜਿਹੜਾ ਸ਼ਰਾਬ ਵਗੈਰਾ ਇੱਦਾਂ ਕੁਝ ਆ ਰਹੇ ਆ ਕੁਛ ਜਗ੍ਹਾ ਦੀ ਵਿਕਰੀ ਆ ਜਾਂ ਕੁਛ ਜਗ੍ਹਾ 'ਤੇ ਉਹਦੇ ਲਈ ਕਾਰਵਾਈ ਵੀ ਕੀਤੀ ਕਿ ਤੁਸੀਂ ਅੱਜ ਕੋਈ ਜੀ ਇਹ ਸਾਡੇ ਕੋਲ ਇੱਕ ਰਾਤ ਐਸਐਚਓ ਮਜਬੂਰਾ ਸਾਹਿਬ ਕੋਲ ਕੰਪਲੇਂਟ ਆਈ ਅਸੀਂ ਰਾਤ ਹੀ ਉਹਦਾ ਜਿਹੜਾ ਸਾਈਜ਼ ਦਾ ਜਿਹੜਾ 11 ਫੀਟ ਦਾ ਪਰਚਾ ਰੱਖੀ ਠੀਕ ਅਤੇ ਪਿੰਡਾਂ ਜਿਹੜੇ ਸੈਂਸਟਿਵ ਕਿੰਨੇ ਪਿੰਡ ਦੀ ਸੈਂਸਟਿਵ ਆ ਜੀ ਆਪਣੇ ਕੋਲ ਗਿਣਤੀ ਹੈ ਜੀ ਸਾਡੇ ਟੋਟਲ 14 ਪਿੰਡ ਜਿਹੜੇ ਸਰਾਲਾ ਸਬਡਿਵੀਜ਼ਨ ਦੇ ਸੈਂਸਟਿਵ ਹੈ ਜਿਹਨਾਂ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ 'ਚ ਫਲੈਗ ਮਾਰਚ ਕੀਤਾ ਜਾਊ ਕੋਈ ਟੀਮਾਂ ਬਣੇਗੀਆਂ 15 ਅਕਤੂਬਰ ਨੂੰ ਜੀ ਕੋਈ ਜਿਹੜੀਆਂ ਚੋਣਾਂ ਹੋ ਰਹੀਆਂ ਦੀ ਕੋਈ ਟੀਮਾਂ ਦਾ ਗਠਨ ਕੀਤਾ ਗਿਆ ਜਿੱਥੇ ਸੈਂਟਰ ਬਿਲਕੁਲ ਜੀ ਬਿਲਕੁਲ ਸਾਡੇ ਟੋਟਲ ਜਿਹੜੇ 325 ਬੰਦੇ ਸਮਰਾਲਾ ਅਤੇ ਮੱਛਬੋੜਾ ਬਲਾਕ ਦੇ ਵਿੱਚ ਸਾਡੇ ਫੋਰਸ ਦੇ ਜਿਹੜੇ ਜਵਾਨ ਆ 325 ਜਵਾਨ ਲੱਗੇ ਹੋਏ ਆ ਬਿਲਕੁਲ ਸ਼ਾਂਤੀਪੂਰਨ ਜਿਹੜੀਆਂ ਚੋਣਾਂ ਨਿਕਲੇ ਜਾ ਰਹੀਆਂ ਇਸ ਤੋਂ ਬਾਅਦ ਕਾਹਦਾ ਫਲੈਗ ਮਾਰਚ ਕੱਢਿਆ ਜਾ ਰਿਹਾ ਮਾਛੜ 'ਚ ਅੱਜ ਸਾਡੇ ਮਾਨਯੋਗ ਐਸਐਸਪੀ ਮੈਡਮ ਅਸ਼ਵਨੀ ਕਟਿਆਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਸ਼ਹਿਰ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਤੋਂ ਬਿਨਾਂ ਜਿਹੜੀਆਂ ਬੂਟਾਂ ਹੈ ਬੂਟਾਂ ਨੂੰ ਮੱਦੇਨਜ਼ਰ ਰੱਖਦੇ ਜਿਹੜੇ ਸੈਂਸਟਿਵ ਪਿੰਡ ਨੇ ਸਾਡੇ ਸੈਂਸਟਿਵ ਪੋਲਿੰਗ ਬੂਥ ਨੇ ਉੱਥੇ ਫਲੈਗ ਮਾਰਚ ਕੱਢਿਆ ਜਾ ਰਿਹਾ ਮੇਰੀ ਇਲਾਕੇ ਦੇ ਜਿਹੜੇ ਸੂਜਨ ਬੂਟਾਂ ਨੂੰ ਵੀ ਅਪੀਲ ਹੈ ਪਿੰਡਾਂ ਦੇ ਵਿੱਚ ਬੂਟਾ ਵੱਧ ਚੜ੍ਹ ਕੇ ਪਾਉਣ ਅਤੇ ਸ਼ਾਂਤੀ ਦਾ ਮਾਹੌਲ ਆਪਸੀ ਭਾਈਚਾਰਕ ਜਿਹੜੀ ਸਾਂਝ ਆ ਉਹ ਕਾਇਮ ਰੱਖੇ ਇਹ ਪਿੰਡਾਂ ਦੇ ਵਿੱਚ ਕੋਈ ਜਿਹੜਾ ਸ਼ਰਾਬ ਵਗੈਰਾ ਇੱਦਾਂ ਦਾ ਕੁਝ ਆ ਰਹੇ ਆ ਕੁਛ ਜਗ੍ਹਾ ਦੀ ਵਿਕਰੀ ਆ ਜਾਂ ਕੁਛ ਜਗ੍ਹਾ 'ਤੇ ਉਹਦੇ ਲਈ ਕਾਰਵਾਈ ਵੀ ਕੀਤੀ ਕਿ ਤੁਸੀਂ ਅੱਜ ਕੋਈ ਜੀ ਇਹ ਸਾਡੇ ਕੋਲ ਇੱਕ ਰਾਤ ਐਸਐਚਓ ਮਜਬੂਰਾ ਸਾਹਿਬ ਕੋਲ ਕੰਪਲੇਂਟ ਆਈ ਅਸੀਂ ਰਾਤ ਹੀ ਉਹਦਾ ਜਿਹੜਾ ਸਾਈਜ਼ ਦਾ ਜਿਹੜਾ 11 ਫੀਟ ਦਾ ਪਰਚਾ ਰੱਖੀ ਠੀਕ ਅਤੇ ਪਿੰਡਾਂ ਜਿਹੜੇ ਸੈਂਸਟਿਵ ਕਿੰਨੇ ਪਿੰਡ ਦੀ ਸੈਂਸਟਿਵ ਆ ਜੀ ਆਪਣੇ ਕੋਲ ਗਿਣਤੀ ਹੈ ਜੀ ਸਾਡੇ ਟੋਟਲ 14 ਪਿੰਡ ਜਿਹੜੇ ਸਰਾਲਾ ਸਬਡਿਵੀਜ਼ਨ ਦੇ ਸੈਂਸਟਿਵ ਹੈ ਜਿਹਨਾਂ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ 'ਚ ਫਲੈਗ ਮਾਰਚ ਕੀਤਾ ਜਾ ਕੋਈ ਟੀਮਾਂ ਬਣੇਗੀਆਂ 15 ਅਕਤੂਬਰ ਨੂੰ ਜੀ ਕੋਈ ਜਿਹੜੀਆਂ ਚੋਣਾਂ ਹੋ ਰਹੀਆਂ ਦੀ ਕੋਈ ਟੀਮਾਂ ਦਾ ਗਠਨ ਕੀਤਾ ਗਿਆ ਜਿੱਥੇ ਸੈਂਟਰ ਬਿਲਕੁਲ ਜੀ ਬਿਲਕੁਲ ਸਾਡੇ ਟੋਟਲ ਜਿਹੜੇ 325 ਬੰਦੇ ਸਮਰਾਲਾ ਅਤੇ ਮੱਛਬੋੜਾ ਬਲਾਕ ਦੇ ਵਿੱਚ ਸਾਡੇ ਫੋਰਸ ਦੇ ਜਿਹੜੇ ਜਵਾਨ ਆ 325 ਜਵਾਨ ਲੱਗੇ ਹੋਏ ਆ ਬਿਲਕੁਲ ਸ਼ਾਂਤੀਪੂਰਨ ਜਿਹੜੀਆਂ ਚੋਣਾਂ ਨਿਕਲੇ ਜਾ ਰਹੀਆਂ